ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦੇ ਨਵੇਂ ਵਲੋਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਇਹ ਅੱਜ ਭੈਣਾਂ ਚੱਲੀਆਂ ਤਾਂ ਉਹਦੇ ਚਾਰ ਸਵੇਰੇ ਬੈਠੀਆਂ, ਖੇਡ ਲਓ ਘੜੀ, ਖੇਡ ਲਓ, 10 ਵਜੇ ਤਿਆਰੀ ਕਰ ਲਓ, ਨਿਕਲ ਜਾਓ ਫਿਰ ਬਹਿ ਕੇ। ਹੈਂ ਚੰਗਾ ਫਿਰ ਭੈਣ, ਮਿਲਦਾ ਫਿਰ ਮੈਨੂੰ, ਬਾਏ। ਚਿੱਤਰਾਂ ਨਾਲ ਮਿਲਦੀ ਵੇਲਾ ਮੈਨੂੰ, ਬਾਏ। ਚੰਗਾ ਯਾਰ ਜਾ ਧੀਏ ਘਰ, ਆਪਣੇ ਧੀਆਂ ਆਪਣੇ ਘਰ ਚੰਗੀਆਂ ਲੱਗਦੀਆਂ। ਹੈਂ ਘਰੇ ਸੁੱਖ ਦੇਵੇ, ਇੱਥੇ ਆਓ ਹੀ ਨਾ ਤੁਸੀਂ। ਚਲੋ ਕੋਈ ਗੱਲ ਨਹੀਂ, ਜਾਣਾ ਲਿਆ ਧੀਆਂ ਨੇ ਆਪਣੇ ਘਰ ਹੀ। ਹਾਂ ਮਨੀਰ ਅੱਜ ਕਢਾਈ ਵਾਲਾ ਸੂਟ ਪਾਈ ਸਿਰ ਸਿਰ, ਤੁਹਾਨੂੰ ਛੱਡਣ ਜਾਣਾ ਅੱਜ। ਕਿੰਨੇ ਕਿੰਨੇ ਵੀਰ ਨੇ, ਭਾਬੀ ਨੇ, ਅਨਹਦ ਨੇ, ਗੁਰਨਿਵਾਜ ਨੇ, ਸਾਰੇ ਤੁਹਾਨੂੰ ਛੱਡ ਕੇ ਆਉਣਗੇ। ਪਾਣੀ ਪੀਂਦਾ ਨਾ। ਚਲੋ ਕਰ ਦੋ ਅਲਵਿਦਾ, ਕੜੀ ਬਣੀ ਕਿ ਨਹੀਂ ਤੇਰੀ? ਦਿੱਤੀ ਨੀ ਬਣਾ ਕੇ ਕੜੀ ਨੀ ਤੂੰ ਕੁੜੀ? ਮੈਂ ਕੱਲ ਕਹਿ ਗੋਭੀ ਦੀ ਆ ਜਾਈ, ਗੋਭੀ ਬਣਾ ਦੇ, ਲੋਕੀ ਜਾਂ ਮੰਗਣਾ ਉਹਦੇ ਤੋਂ ਕੜੀ ਨਾ ਦੇ ਸਕੀ, ਕੜੀ ਲੈ ਆ ਜੀ, ਬੇਸਰ ਭੁੱਲ ਗਏ ਜਾਂ ਤੈਨੂੰ ਨਹੀਂ ਨਹੀਂ ਬਣਾ ਕੇ ਦੇ, ਅੱਜ ਰਾਪਾ ਚ ਬਣਾ ਕੇ ਦੇ। ਕੜੀ ਵੀ ਨਹੀਂ ਰਹਿੰਦੀ ਹੁਣੇ ਹੋ ਗਈ ਗੁੱਸੇ, ਸਰਗੋਂ ਉੱਠਣ ਡਈ ਤੇ ਦੀਪ ਹੋ ਗਈ ਨਾਰਾਜ਼। ਮੈਂ 9:05 ਹੋ ਗਏ ਆ, ਦੋਨਾਂ ਖਲੋਣਾ ਨਹੀਂ ਆ, ਗੱਡੀ ਟ੍ਰੇਨ ਆਉਣੀ ਪੁੱਤ, ਹੋਰੀ ਖਲੋਣੀ ਮੁੜ ਕੇ। ਉੱਠ ਉੱਠ ਪੁੱਤ, ਮਾਮੂ ਰੋਲਾ ਪਾਉਣਗੇ ਫਿਰ, ਉੱਠਣੇ ਸ਼ੇਰ ਪੁੱਤ। ਇਹਨੇ ਨਹੀਂ ਉੱਠਣਾ ਅੱਜ। ਚੰਗਾ ਫਿਰ ਪਿਆਰ ਲੈ ਲਾ। ਚੰਗਾ ਭਰਾ, ਚੰਗਾ ਫਿਰ ਮਿਲਦੇ ਹੈਂ। ਓਕੇ ਆਵਾਂਗੇ ਜਿਹੜੀਆਂ ਕੁੜੀਆਂ ਦੀਆਂ ਛੁੱਟੀਆਂ ਛੁੱਟੀਆਂ 'ਚ ਮਿਲਣ ਗਿਲਣ। ਠੀਕ ਆ ਜੀ, ਠੀਕ ਆ, ਅਗਲੇ ਸੰਡੇ। ਠੀਕ ਹੈ, ਓਕੇ ਓਕੇ। ਫੋਨ ਸੁੱਟੀ ਜਾਣੀ ਜੇ ਨਾ ਗਏ ਤੇ, ਮੈਂ ਵੀ ਚੱਲਿਆ ਡਿਊਟੀ ਤੇ, ਇਹ ਵੀ ਹੋ ਗਈ ਤਿਆਰੀ ਇੱਧਰ, ਤੇ ਇੱਧਰ ਮੇਰੇ ਬੱਚੇ ਬੈਠੇ ਨੇ, ਤੇ ਇਹਨਾਂ ਨੂੰ ਮਿਲ ਕੇ ਤੇ ਸਤਿ ਸ਼੍ਰੀ ਅਕਾਲ ਕਰਕੇ ਤੇ ਅਸੀਂ ਚੱਲ ਚੱਲੇ ਹਾਂ। ਇਹ ਵੇਖਣ ਦੇ ਕਪਿਲ ਸ਼ਰਮਾ ਸ਼ੋ, ਤੇ ਉਹ ਮਨਰੂਰ ਰੋਟੀ ਖਾਣ ਲਈ ਅਨਹਦ ਉੱਧਰ ਬੈਠਾ, ਤੇ ਇਹਨਾਂ ਦੇ ਖਾ ਲਈ ਰੋਟੀ ਖਾਣੀ ਅਜੇ, ਤੇ ਗੁਰਨਿਵਾਜ ਤੇ ਬਾਏ ਪੁੱਤ ਫਿਰ ਸਾਰੇ ਖਾਣ ਲਿਆ, ਉਹਨੂੰ ਪਾ ਲਾ ਕੇ ਕੋਈ ਚੱਲ ਜਿਹੜਾ ਵੇਖੀ ਲਾਉਣਾ ਬਾਜੂ। ਦੀਦੀ ਮੇਰਾ ਮੁੰਡਾ ਕਹਿੰਦਾ ਨਹੀਂ, ਮੈਂ ਕੋਈ ਚੱਲ ਜੇ, ਕਹਿੰਦਾ ਨਹੀਂ 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 ਜਦੀ ਭੈਣ ਆਈ ਉਦੋਂ ਇੱਕ ਬੈਗ ਲੈ ਕੇ ਆਈ ਤੇ ਇੱਕ ਸਕੂਲ ਦਾ ਬੈਗ ਲੈ ਕੇ ਆਈ, ਆੜੇ ਸਾਰੇ ਲਿਫਾਫੇ ਇੱਥੋਂ ਆਏ ਸ਼ੋਪਿੰਗਾਂ ਕਰ ਕਰਕੇ ਕਰ ਕਰਕੇ। ਹੁਣ ਜਦੋਂ ਸੌਂ ਗਏ ਗੁਰਨਿਵਾਜ ਨੇ, ਜਦੋਂ ਉੱਠਣਾ ਉਦੋਂ ਕਹਿਣਾ ਭੂਈ ਮੈਨੂੰ ਇੱਧਰ ਲੱਗ ਜਾਏ ਤੇ ਭੂਈ ਇੱਥੇ ਹੋਣੇ, ਜੇ ਜ਼ਿਆਦਾ ਫਿਰ ਮੁੰਡੇ ਜਿੱਦ ਕਹਿੰਦੀ ਤੇ ਫਿਰ ਆ ਜਾਈ। ਠੀਕ ਹੈ, ਅਸੀਂ ਆਪਣਾ ਮੁੰਡਾ ਹਾਂ ਤਾਂ ਅਸੀਂ ਆਪਣਾ ਮੁੰਡਾ ਰਵਾਉਣਾ ਨਹੀਂ ਹੈ। ਠੀਕ ਹੈ, ਲੱਭਣਾ ਵੇਖੀ
ਮੈਂ ਵੀ ਆਖਿਆ ਮੈਂ ਦੀਪ ਜਿੱਦਾਂ ਆਈ ਇੱਕ ਬੈਗ ਤੇ ਸਕੂਲ ਦਾ ਬੈਗ ਲੈ ਗਈ ਤੇ ਦਸ ਝੋਲੇ ਹੀ ਲੱਗ ਗਏ ਨਾ ਓਦਾਂ ਗੱਲ ਕਰਦੀ ਵੇਲਾ ਕੁੜੀਆਂ ਤਾਈਓ ਆਉਂਦੇ ਨੇ ਇੱਕ ਬੈਗ ਲੈ ਕੇ ਦੋ ਬੈਗ ਲੈ ਕੇ ਜਾਂਦੇ ਦਸ ਬਾਰਾਂ ਲੈ ਕੇ ਜਾਂਦੇ ਚੁਕੋਣਾ ਜਿੰਨਾ ਜਿੰਨਾ ਦੀਪ ਇੱਕ ਬੜਾ ਵੱਡੇ ਆਏ ਨੇ ਕਦੇ ਪੇਕਿਆਂ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਕਦੇ ਅੱਛਾ ਠੀਕ ਹੈ ਸਹੀ ਗੱਲ ਆ ਵੀ ਇਹਨਾਂ ਗੀਤਾਂ ਬੜੀਆਂ ਵੀ ਅਜੇ ਕਾਢਾ ਕੱਢਦਾ ਕੋਰੀਅਰ ਕਰਨ ਆਏ ਹਾਂ ਤੇ ਉਹ ਸਾਡੇ ਕੋਰੀਅਰ ਜਿਹੜੇ ਹੋ ਗਏ ਹੁਣ ਚੱਲੇ ਘਰ ਵਾਪਸ ਨਿਊਡਲ ਖਾਣ ਨੂੰ ਬੜੇ ਦਿਨਾਂ ਦਿਲ ਕਰਦੇ ਅੱਜ ਲੈ ਗਏ ਪਰ ਟੇਸਟੀ ਕਿ ਨਹੀਂ ਟੇਸਟੀ ਰੂਹ ਬਾਹਰ ਭਾਈ ਦੀ ਆਵਾਜ਼ ਆਉਂਦੀ ਫੇਰ ਕੋਈ ਆਉਂਦਾ ਨਾ ਖਵਾ ਦਿੰਦੇ ਬਾਪੂ ਜੀ ਤੁਸੀਂ ਪਿੱਛੋਂ ਵੀ ਕਾ ਕੀਤਾ ਪਿੱਛੋਂ ਕਾ ਵੜਤਾ ਹਾਂਜੀ ਨੀ ਕਿੱਥੇ ਚੱਲੀ ਨਿਆਣੇ ਕੁਲਫੀਆਂ ਮੰਗਣ ਦੇ ਮੰਮੀ ਨੇ ਕੈਸ਼ ਚੱਟ ਕੇ ਦੇਣਾ ਚਾਚੀ ਨੂੰ ਲਿਆਉਂਗੀ ਦਊਗੀ ਚਾਚੀ ਪੇਟੀਐਮ ਕਰੂ ਕਈ ਵਾਰ ਨਹੀਂ ਵੀ ਹੁੰਦਾ ਐਡੀ ਗੱਲ ਨੀ ਤੁਸੀਂ ਲੈ ਸਲਾ ਪਹਿਲਾਂ ਰੱਖ ਲੈ ਗਾ ਸਗੋਂ ਮੰਗਦੇ ਲੰਘਦੇ ਦੁਨੀਆ ਵੇਖੇਗਾ ਚੱਲ ਵੀ ਆਪਣੇ ਘਰ ਰੱਖ ਕੇ ਫਿਰ ਮੈਂ ਕੁਲਫੀ ਖਵਾ ਲੈ ਦੇਵਾਂ ਭਾਈ ਜਿਹੜਾ ਉਹ ਕਹਿੰਦਾ ਚਾਚੀ ਵਾਰ ਮਾਰ ਲੈ ਜੇ ਭਾਈ ਆਊਗਾ ਠੀਕ ਹੈ ਨਹੀਂ ਆਉਂਦਾ ਹੁੰਦਾ ਹੌਲੇ ਨਹੀਂ ਇਹਦੇ ਭਾਵੇਂ ਜਿੱਥੋਂ ਆਪਣੇ ਘਰ ਰੱਖਿਆ ਆਪਣੇ ਘਰ ਰੱਖਿਆ ਜਗੇ ਸੂਟ ਸੀਂਦੀਆਂ ਉਹ ਵੀ ਨੀ ਜਾ ਪਾਉਂਦੀਆਂ ਜਿਹੜੀਆਂ ਵੇਚਦੀਆਂ ਉਹ ਵੀ ਨੀ ਜਾ ਪਾਉਂਦੀਆਂ
ਸਹੀ ਗੱਲ ਮੇਰੀ ਭਾਬੀ ਦਾ ਸੂਟ ਸੀਨ ਦੀ ਵੀ ਮੈਂ ਸ਼ੀਸ਼ੇ ਦੀ ਵਿਹਲੀ ਹੋਈ ਚੱਲ ਜਾ, ਮੈਂ ਸਦਾ ਵਿੱਚ ਜਿਹਨਾਂ ਦੇ ਕੰਮ ਰਹਿੰਦੇ ਆ ਅਧੂਰੇ ਉਹ ਕਰਕੇ ਤੇ ਫਿਰ ਚੱਲ ਜਾ, ਹਜੇ ਦੋਵਾਂ ਜਾਣਿਆਂ ਦੇ ਬਾਹਰ ਜਾਣੇ ਪਾਰਸਲ ਉਹਨਾਂ ਦੇ ਦੋ ਕੁ ਸੂਟ ਲੈ ਕੇ ਮੈਂ ਉਹ ਕਰਕੇ ਫਿਰ ਜਾਂਦੀ ਤੇ ਕਹੋ ਵਿਚਾਰੀ ਵੀ ਭੱਜੀ ਆਈ ਨੇ ਸੀਨੇ ਸੁਣੇ ਹੁੰਦੇ ਤਾਂ ਸਾਰੇ ਘਰੋਂ ਗਿਆ ਸਰਦਾ ਪੰਗਾ ਤੇ ਘਰ ਹੀ ਕੰਮ ਭੈਣਾ ਅੱਜ ਸਾਡੀ ਰੌਣਕ ਚੱਲ ਗਈ ਸਾਰਿਆਂ ਨੇ ਮੇਰਾ ਮੁੰਡਾ ਪਹਿਲਾਂ ਲੱਭਣ ਦਿਆ ਮੇਰੀ ਬੜੀ ਸਵੇਰ ਦੀ ਮੈਂ ਅੱਜ ਘਰੇ ਨਹੀਂ ਹਾਂ ਸੱਚ ਇਹ ਦੇ ਨਿਊਡਲ ਰੱਖੇ ਉੱਥੇ ਦਿੱਤੇ ਵੀ ਨੇ ਵਿਚਾਰੀ ਨੂੰ ਸੋਰੀ ਤੇ ਮੁੰਡੇ ਨੂੰ ਖਵਾ ਦੀ ਵੀ ਸੱਚ ਚਾਚੀ ਨੇ ਨਿਊਡਲ ਲਿਆਂਦੇ ਤੇ ਲਈ ਤੇ ਕਪੜੇ ਪਾ ਕੇ ਨਾ ਗਿਆ ਨਹੀਂ ਪੁੱਤ ਮੰਮਾ ਨੇ ਕੀ ਕਰਨ ਜਾਣਾ ਚਾਚੀ ਦੇ ਇੱਥੇ ਕੁਲਫੀਆਂ ਖਵਾਉਣ ਲੱਗੀ ਕੁਲਫੀਆਂ ਬਸ ਤੇ ਭਾਈ ਨੂੰ ਡਿੱਕੋ ਜਾਂਦੀ ਲੱਡੂ ਖਾਣਾ ਪੱਕਾ ਦੇ ਲੱਡੂ ਖਾਣਾ ਨਹੀਂ ਖਾਣੀ ਯਾਰ ਕੁਲਫੀ ਜੇ ਚੰਗੀ ਵਾਲੀ ਹੋਵੇ ਅਸ ਤਾਲਾ ਇਦਾਂ ਕਿਤੇ ਸੋਹਣਾ ਲੱਗਦਾ ਜਦੋਂ ਮੁੜ ਕੇ ਬਾਅਦ ਚ ਹੋ ਜਾਂਦਾ ਨਾ ਉਹ ਫਿਰ ਬੜਾ ਭੜਾ ਲੱਗਦਾ ਇਹਨੂੰ ਮੋਹਣਾ ਦੇ ਵੇਖੀ ਹਲੇ ਹਨਵਾਲਾ ਨਹੀਂ ਨੇ ਅੱਜ ਮੰਮੀ ਨੀ ਹੈਗਾ ਅਰੇ ਗਰਮੀ ਬੜੀ ਆ ਗੁਰਬਾਣੀ ਵਾਸੀ ਅਜੇ ਵੀ ਆ ਗਈ ਆ ਗਈ ਦੋ ਤਿੰਨ ਵਜੇ ਤੇ ਬਾਅਦ ਚੋਂ ਆ ਗਈ ਮੈਂ ਰੋਟੀ ਪਾਣੀ ਡਾ ਵੀ ਕਰਨੀ ਜੇ ਕਰਕੇ ਵੀ ਜਾਣੀ ਗੁਰਦੇ ਅੱਜ ਵੀ ਜਾਣਾ ਮੈਂ ਮੁੰਡਾ ਉੱਠ ਜੇ ਫਿਰ ਜਾਣੇ ਕੋਦਰ ਆਹੋ ਚੱਲ ਉਹਨੂੰ ਵੇਖਣ ਨਹੀਂ ਤੇਰਾ 6 ਵਜ ਗਏ ਤੇ ਆ ਲੱਗਦਾ ਦਿਨ ਹੱਲੇ ਵੀ ਪੁਰਾ ਨਹੀਂ 4 ਵਜੇ ਹੁੰਦੇ ਆ ਤੇ ਇਨਾ ਦਿਨ ਹੱਲੇ ਵੀ ਹਵਾ ਵੀ ਨਹੀਂ ਦੀ ਅੰਬੀਰ ਹੈਗੀ ਹੈ ਅੰਬੀਰ ਹੈਗੀ ਉਹ ਵਿਚਾਰੀ ਮੰਗਦੀ ਦੀਦੀ ਤੇ ਉਹ ਫਿਰ ਵੀਰ ਛੇਰੇ ਛੇਤੀ ਪਾਤੀ ਤੇ ਲੈ ਕੇ ਨਹੀਂ ਗਈ ਉਹਨੇ ਲੈ ਗਈ ਉਹ ਆਂਦੀ ਮੈਂ ਦੋ ਖਾਣੇ ਚਾਰ ਚਟਨੀ ਉਹ ਚਟਨੀ ਬੜੀ ਸਵਾਦ ਆਉਂਦੀ ਖੱਟੀ ਮਿੱਠੀ ਜੀ ਬਣਦੀ ਏਡੀ ਸਵਾਦ ਕੋਈ ਹਿਸਾਬ ਵੀ ਨਹੀਂ ਨੇਰੀ ਆਏ ਫਿਰ ਤੇ ਦਾਦੀ ਜਾਣੀ ਯਾਰ ਤਰਦੀ ਵਾਲੀ ਸਬਜ਼ੀ ਦੇ ਨਾਲ ਫਿਰ ਸਵਾਦ ਲੱਗਦੀ ਹੈ ਹੁਣ ਜੀ ਇਸ ਕੋਸ ਚੰਗੀ ਨਹੀਂ ਲੱਗਦੀ ਖਾਣ ਨੂੰ ਜੇ ਸੁੱਕੀ ਬਣਾਈ ਤੇ ਕਹੀਦਾ ਕੋਈ ਤਰੀ ਵਾਲੀ ਬਣਾਈਏ ਤਰੀ ਬਣਾਈਏ ਅੱਜ ਹੀ ਬਣਾਉਣੇ ਆਖਣ ਦੀ ਇਹਨੂੰ ਬੋਲੋ ਅੱਜ ਬਣਾ ਲਈਏ ਆਲੂ ਨਿਊਡਲੀ ਆਏ ਚਾਚੀ ਦਾ ਪੋਤਾ ਮੈਂ ਉਹਨੇ ਲੈ ਕੇ ਦੇਣਾ ਉਹ ਜਿੰਦਾ ਉੱਥੇ ਪਿਆ ਮੈਂ ਕਿਹਾ ਉੱਥੇ ਆ ਇੱਥੇ ਹੋਰ ਨਾ ਪਈ ਤੇ ਬਸ ਡਿੱਕੀ ਜਾ ਡਿੱਕੀ ਜਾ ਮੰਮਾ ਤੇਰੇ ਚੱਲੇ ਹੁਣ ਕੇ ਯਾਰ ਕੋਣ ਬੜੀ ਸਵਾਦ ਕੋਣ ਵਾਲਾ ਹੁੰਦਾ ਫੇ ਬੜਾ ਮਜ਼ਾ ਆਉਣਾ ਜੀ ਲੰਘਦਾ ਰੋਜ਼ ਲੰਘਦਾ ਦੀਦੀ ਉਹ ਰੋਜ਼ ਲੰਘਦਾ ਮੈਂ ਆ ਕੱਲ ਜੀ ਜਾਂ ਟਾਈਮ ਦੇ ਦੀਏ ਨਾ ਸਾਡੇ ਮੰਮੇ ਘੜੀ ਲੰਘ ਗਿਆ ਉਹਨਾਂ ਨੂੰ ਕਹਿਆ ਜਿਹੜੇ ਮੇਰੇ ਮੰਮੀ ਦੇ ਨਾਨਕੇ ਹੁੰਦੇ ਨਾ ਉਹਨਾਂ ਦੇ ਭਾਈ ਲਾਏ ਹੁੰਦੇ ਸੀ ਆਹੜੇ ਦੂਜੇ ਭਾਈ ਲੜਾ ਆਹੜੇ ਦੂਜੇ ਭਾਈ ਲੜਾ ਜਾ ਕੇ ਐ ਭਾਈ ਇਦਾਂ ਰਗੇ ਹੁੰਦੇ ਸੀ ਨਾ ਦਾਦੀ ਵੀ ਜਿੰਨੀ ਕਈ ਵੀ ਤਾਰੇ ਕੁਰਵੀ ਗਾਲੀ ਤੇ ਫਿਰ ਆਸ ਗੁਰੂ ਲੱਭ ਹੀ ਨੰਗੇ ਆਣਾ ਓਹੋ ਤੇ ਇਨਾ ਕੁਝ ਨਹੀਂ ਖਾਣਾ ਇੱਕੋ ਚੀਜ਼ ਹੀ ਖਾਣੀ ਹੈ ਮਰਵਾ ਅਸੀਂ ਜਦੋਂ ਨਿੱਕੇ ਹੁੰਦੇ ਤਾਂ ਕਣਕ ਕਰਨੀ ਨਾ ਇਕੱਠੀ ਤੁਸੀਂ ਉਹ ਲੈ ਜਾ ਕਣਕ ਰਹਿ ਨੂੰ ਖੁੰਦੀ ਰਹਿ ਜਾਣੀ ਉਹ ਮੰਨ ਨਹੀਂ ਗਏ ਮਾਂ ਜੇ ਇਕੱਠੀ ਕਰਨੀ ਸਾਈ ਨਿਆਣ ਨਾਲ ਦਾ ਦਾਦੀ ਨੇ ਤੇ ਇਕੱਠੇ ਕਰਕੇ ਤਾਂ ਪਾਈ ਜਾਂਦੇ ਨੇ ਉਦੋਂ ਹੁੰਦੀ ਇੱਕ ਇੱਕ ਰੁਪਏ ਲਾਜ ਪਤੀਸਾ ਦਿੰਦੇ ਸੀ ਨਾ ਉਹ ਬੜਾ ਸਵਾਦ ਨਹੀਂ ਉਹ ਭਾਈ ਤੇ ਨਿਕਲਿਆ ਮੇਰਾ ਪਿੰਡ ਗਿਆ ਸੀ ਭਾਈ ਖਾਣੀ ਇੱਥੇ ਆਵਾਜ਼ ਵੀ ਆਉਂਦੀ ਇੱਥੇ ਦਈ ਬਾਹਰ ਉਹ ਨੂੰ ਆਈ ਓਹੋ ਹੋਸਪਿਟਲ ਤੇ ਇਹਦੀ ਸਟੋਰੀ ਤੁਹਾਨੂੰ ਘਰ ਜਾ ਕੇ ਦੱਸਦੇ ਆਪਾਂ ਹਾਂਜੀ ਅਸੀਂ ਹੁਣੇ ਹੋਸਪਿਟਲ ਆਏ ਹਾਂ ਤੇ ਉੱਥੇ ਰਿਪੋਰਟ ਦਿਖਾਉਣੀ ਹੈ ਜ਼ਰੂਰੀ ਮਤਲਬ ਕਿਸੇ ਦੀਆਂ ਉਹ ਦਿਖਾਉਣ ਵਾਸਤੇ ਗਏ ਸੀ ਤੇ ਉੱਥੇ ਮੈਨੂੰ ਆਪਣਾ ਜਿਹਾ ਤਾਇਆ ਤੇ ਇੱਕ ਦੀਦੀ ਮਿਲੀ ਉਹਨਾਂ ਨਾਲ ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਮਤਲਬ ਵੀ ਬੜੇ ਟਾਈਮ ਤੋਂ ਜਾਣਦੇ ਪਰ ਤੁਹਾਡੇ ਵਲੌਗ ਵੇਖ ਕੇ ਸਾਨੂੰ ਇਹ ਖੁਸ਼ੀ ਮਿਲਦੀ ਆ ਕਿ ਮੇਰੇ 12 ਸਾਲ ਵਿਆਹ ਹੋ ਗਏ ਤੇ ਪਰਮਾਤਮਾ ਜਿੱਦਾਂ ਤੁਹਾਡੀ ਸੁਣੀ ਹੈ ਸਾਡੇ ਵੀ ਜ਼ਰੂਰ ਸੁਣੂਗਾ ਅਸੀਂ ਇਹੋ ਕਹਿੰਦੇ ਹਾਂ ਕਿ ਵਾਹਿਗੁਰੂ ਹਰ ਇੱਕ ਦੀ ਧੀ ਭੈਣ ਦੀ ਸੁਣੇ ਸ਼ਾਮਾਂ ਦਾ ਵੇਲਾ ਆ ਤੇ ਉਹ ਵਿਚਾਰੇ ਬੜੇ ਦੁਖੀ ਸੀ ਤੇ ਆਪਣੀਆਂ ਗੱਲਾਂ ਦੱਸਦਾ ਵੀ ਸਾਡੇ 2 ਘੰਟੇ ਜਿਹੜੇ ਲੰਘ ਗਏ ਪਤਾ ਹੀ ਨਹੀਂ ਲੱਗਾ ਗੱਲਾਂ ਬਾਤਾਂ ਕਰਦਿਆਂ ਦੇ ਕੁਝ ਹੀ ਆਪਣੇ ਦੱਸੀਆਂ ਕੁਝ ਵਿਚਾਰੇ ਉਹਨਾਂ ਨੇ ਦੱਸੀਆਂ ਤੇ ਅਸੀਂ ਸ਼ਾਮਾਂ ਟਾਈਮ ਇਹੀ ਅਰਦਾਸ ਕਰਦੇ ਵਾਹਿਗੁਰੂ ਮਤਲਬ ਹਰ ਇੱਕ ਨੂੰ ਦੇਵੇ ਤੇ ਹੁਣ ਚਲੇ ਗੁਰਦ੾ਰ ਸਾਹਿਬ ਮੱਥਾ ਟੇਕਣ ਕਿਉਂਕਿ ਲੇਟ ਹੋ ਗਏ ਸੀ ਉੱਧਰ ਚੱਲ ਗਏ ਹਾਂ ਥੋੜ੍ਹਾ ਜਿਹਾ ਕੰਮ ਸੀ ਤੇ ਡਾਕਟਰ ਨੂੰ ਮਿਲਣ ਚੱਲ ਗਏ ਤੇ ਲੇਟ ਹੋ ਗਏ ਹਾਂਜੀ ਹੁਣ ਗੁਰਦਾਰ ਸਾਹਿਬ ਮੱਥਾ ਟੇਕਣਾ ਹੈ ਤੇ ਅਸੀਂ ਚੱਲ ਗਏ ਸੀ ਕਿਤੇ ਤੇ ਉੱਧਰ ਸਾਡਾ ਲੇਟ ਹੋ ਗਏ ਤੇ ਫਿਰ ਸਵੇਰ ਦਾ ਮੱਥਾ ਟੇਕਣ ਆਏ ਤੇ ਹੁਣ ਅਸੀਂ ਗੁਰੂ ਆਏ ਮੱਥਾ ਟੇਕਾਉਣ ਲੱਗੇ ਇੱਕ ਤਾਂ ਜੀਣ ਲੱਗਾ ਜਾ ਸਾਰੇ ਚੱਲ ਗਏ ਤੇ ਮਿਸ ਕਹਿੰਦਾ ਹੁਣ ਮੇਰਾ ਖੜਾ ਹੀ ਛੱਡਣ ਦੇ ਅੱਜ ਹੋਵੇ ਚੱਲ 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 ਚੱਲ
ਹਾਂਜੀ ਗੋਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਅਤੇ ਹਰਵਿੰਦਰ ਵੀਰ ਹੋਣਾ ਫੋਨ ਕਰਤਾ ਚੱਲ ਇਹ ਸੁੱਖ ਹੁੰਦਾ ਕਿ ਆਂਢ ਗੁਆਂਢ ਦਾ ਕੰਮ ਆ ਜਾਂਦੇ ਕਿਉਂਕਿ ਉੱਥੋਂ ਨਾ ਹਨੇਰਾ ਬੜਾ ਜਿਹੜਾ ਸਕੂਲ ਲਾਗੋ ਰਸਤਾ ਨਾ ਉਹ ਬੜਾ ਸੁਨਸਾਨ ਜਿਹਾ ਅਤੇ ਉਹ ਆਉਂਦੇ ਕਿ ਅਸੀਂ ਆ ਜਾਂਦੇ ਦੋਵੇਂ ਜੀ ਤੁਹਾਨੂੰ ਲੈਣ ਵਾਸਤੇ ਕਿਉਂਕਿ ਮੰਮੀ ਨੇ ਮੱਥਾ ਟੇਕਣਾ ਸੀ ਅਤੇ ਮੈਂ ਵੀ ਟੇਕਣਾ ਸੀ ਪਰ ਮੈਂ ਪਹਿਲਾਂ ਕਿਹਾ ਗੋਦਰ ਸਾਹਿਬ ਜਾਵਾਂਗੇ ਪਰ ਸਾਨੂੰ ਉੱਥੇ ਹੋਸਪਿਟਲ ਬੜਾ ਟਾਈਮ ਲੱਗ ਗਿਆ ਅਤੇ ਇਹਦੇ ਕਰਕੇ ਫਿਰ ਚੜਕ ਜਾਇਆ ਨਹੀਂ ਗਿਆ ਅਤੇ ਹੁਣ ਅਸੀਂ ਲੇਟ ਹੋ ਗਏ ਹਾਂ 9 ਵੱਜ ਗਏ ਰਾਤ ਦੇ ਅਤੇ ਹੁਣ ਅਮਿੰਦਰ ਹੋਣੀ ਗਾੜੀਆਂ ਅੱਗੇ ਲੈ ਜਾਣਗੇ ਸਾਨੂੰ ਅਤੇ ਫਿਰ ਅਸੀਂ ਚੱਲਦੇ ਹਾਂ ਕਿਉਂਕਿ ਉਹ ਜਿਹੜਾ ਇੱਧਰ ਦੇ ਪਿੰਡ ਦੇ ਏਰੀਆ ਆ ਆਪਣੇ ਮਤਲਬ ਜਾਂਦੇ ਆਉਂਦੇ ਰਹਿੰਦੇ ਉੱਧਰ ਕੋਈ ਆਉਂਦਾ ਜਾਂਦਾ ਨਹੀਂ ਆਹ ਵੇਲਾ ਆਹ ਸੁੱਖ ਹੁੰਦਾ ਆਂਢ ਗੁਆਂਢ ਦਾ ਅੱਧੇ ਬੋਲ ਇਹੋ ਜਿਹੀਆਂ ਯਾਰੀਆਂ ਅੱਧੇ ਬੋਲ ਤੇ ਭੱਜੇ ਹੁੰਦੇ ਹਨਾ ਅੱਧੇ ਬੋਲ ਤੇ ਫਿਰ ਭੱਜੇ ਡਰ ਲੱਗਦਾ ਮੈਂ ਕੋਈ ਰਾਜੇ ਤਾਂ ਹੈਗਾ ਦਿਖਾਉਂਦੇ ਸਹੀ ਗੱਲ ਨੀ ਸਹੀ ਗੱਲ ਅਸੀਂ ਇੱਥੇ ਹਨੇਰਾ ਹੋ ਗਿਆ ਫਿਰ ਮੈਂ ਚੱਲ ਤੁਹਾਡੇ ਪਿੰਡ ਦੀਆਂ ਕੁੜੀਆਂ ਮਿਲੀਆਂ ਉਹ ਲੋਕ ਵਹਿੰਦੀਆਂ ਤਵੇਲੀਆਂ ਜੋ ਹਨਾ ਆਹੋ ਆਂਦੇ ਵੇਲੇ ਹਵੇਲੀਆਂ ਚੀ ਸੋ ਹੁਣ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਉਹਦੇ ਵਾਸਤੇ ਰਹਿਣਾ ਅਤੇ ਥੋੜ੍ਹਾ ਥੋੜ੍ਹਾ ਕਮੈਂਟ